ਜਿਹੜੇ ਹੋਮਲੈਸ ਲੋਕ ਰਹਿੰਦੇ ਆ ਜਿਹੜੇ ਬੁੱਢੇ ਆ ਜਿਹੜੇ ਜਵਾਨ ਆ ਉਹ ਤਾਂ ਚਲੋ ਮੰਨਦੇ ਆ ਜਿਵੇਂ ਰਹਿੰਦੇ ਹੋਣੇ ਆ ਪਰ ਜਿਹੜੇ ਹੋਮਲੈਸਾਂ ਦੇ ਜਵਾਕ ਹੈਗੇ ਉਹ ਕਿਵੇਂ ਰਹਿੰਦੇ ਹੋਣੇ ਆ ਨਾ ਉਹਦੀ ਮਾਤਾ ਦਾ ਪਤਾ ਸੀ ਪਰ ਪਿਤਾ ਦਾ ਪਤਾ ਸੀਗਾ ਪਰ ਪਿਤਾ ਨਾਲ ਨਹੀਂ ਰਹਿ ਰਹੇ ਸੀਗੇ ਹੋਮਲੈਸ ਜਵਾਕ ਸੀਗਾ ਨਾਲ ਦੇ ਜਿਹੜੇ ਸੀਗੇ ਉਹਨੂੰ ਬੁਲੀ ਕਰਦੇ ਸੀਗੇ ਉਹਨੂੰ ਅਵਾ ਤਵਾ ਬੋਲਦੇ ਸੀਗੇ ਤੇ ਇਸੇ ਚੱਕਰ ਦੇ ਵਿੱਚ ਹੋਮਲੈਸ ਬੱਚੇ ਨੇ ਸੁਸਾਇਸਾਈਡ ਕਰ ਲਈ ਦੇੜਾ ਹੋਮਲੈਸ ਸ਼ੈਲਰ ਸਾਊਥ ਦਾ ਜੀ ਇਹ ਆਪਾਂ ਅਡਲਟ ਵਾਸਤੇ ਤਾਂ ਮੰਨ ਸਕਦੇ ਆਂ ਜਾਂ ਹੋਰ ਵਾਸਤੇ ਮੰਨ ਸਕਦੇ ਆਂ ਪਰ ਜਿਹੜੇ ਬੱਚੇ ਆ ਜੀ ਬੱਚਿਆਂ ਦੀ ਕੇਅਰ ਕਰਨ ਵਾਸਤੇ ਤਾਂ ਯੂਐਸਏ ਦੇ ਵਿੱਚ ਬਥੇਰਾ ਧਰਨਾ ਸਰਪੰਚ ਦੇਸ਼ ਹੈਗਾ ਇਹਨਾਂ ਨੂੰ ਤਾਂ ਕੋਈ ਚਾਰ ਪੈਸੇ ਦੇ ਕੇ ਕਿਤੇ ਨਾ ਕਿਤੇ ਚੰਗੀ ਪਰਵਰਿਸ਼ ਕਰ ਦੇਣੀ ਚਾਹੀਦੀ ਹੈ ਬਿਲਕੁਲ ਤੁਸੀਂ ਦੋਸਤ ਫਰਮਾਇਆ ਵਟਸਐਪ ਤੇ ਇਸੇ ਤਰੀਕੇ ਨਾਲ ਸੀਗਾ ਬੱਚਾ ਤਾਂ ਆਲਰੇਡੀ ਕੇਅਰ ਦੇ ਵਿੱਚ ਸੀਗਾ ਬੱਚੇ ਕੁਲ ਤਾਂ ਸ਼ੈਲਟਰ ਸੀ ਬੱਚੇ ਨੂੰ ਤਾਂ ਛੱਤ ਪ੍ਰੋਵਾਈਡਡ ਸੀ ਪਰ ਕਿਉਂਕਿ ਉਹਦਾ ਆਪਣਾ ਘਰ ਨਹੀਂ ਸੀ ਉਹ ਹੋਮਲੈਸ ਸ਼ੈਲਟਰ ਦੇ ਵਿੱਚ ਰਹਿੰਦਾ ਸੀ ਇਹ ਚੀਜ਼ ਉਹਦੇ ਲਈ ਮੀਣਾ ਬਣ ਗਈ ਉਹਦੇ ਜਿਹੜੇ ਸਾਥੀ ਸੀ ਉਹਨੂੰ ਇਸੇ ਗੱਲ ਤੋਂ ਤੰਗ ਪਰੇਸ਼ਾਨ ਕਰ ਰਹੇ ਸੀ ਬਹੁਤ ਹੀ ਮੰਦਭਾਗੀ ਬਹੁਤ ਦਿਲ ਦਹਿਲਾਉ ਇਹ ਘਟਨਾ ਹੈਗੀ ਹੈ ਕੈਲੀਫੋਰਨੀਆ ਦੇ ਵਿੱਚ 18 ਨੀਜਰ ਮੁੰਡਾ ਜੀ ਦੀ ਉਮਰ ਮਹਿਜ 14 ਸਾਲ ਸੀ ਇਹ ਸੁਸਾਈਡ ਕਰ ਗਿਆ ਕਿਉਂਕਿ ਇਹਨੂੰ ਕੰਟੀਨਿਊਸਲੀ ਬੁਲੀ ਕੀਤਾ ਜਾ ਰਿਹਾ ਸੀ ਇਹਦੇ ਕਲਾਸਮੇਟਸ ਦੇ ਵੱਲੋਂ ਇਹਦੇ ਸਕੂਲ ਮੇਟਸ ਦੇ ਵੱਲੋਂ ਬੁਲੀ ਦਾ ਕਾਰਨ ਕੀ ਸੀਗਾ ਇਹ ਕਿ ਆ ਜਾ ਰਿਹਾ ਸੀ ਕਿ ਤੇਰੇ ਕੋਲ ਆਪਣਾ ਘਰ ਨਹੀਂ ਤੁਹਾਡੇ ਸਿਰ ਤੇ ਆਪਣੀ ਛੱਤ ਨਹੀਂ ਹੈਗੀ ਤੇ ਦੂਜਾ ਕਾਰਨ ਇਹਨੂੰ ਬੁਲੀ ਕਰਨ ਦਾ ਇਹ ਸੀਗਾ ਇਹਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੇਰੇ ਕੋਲੇ ਮਦਰ ਨਹੀਂ ਹੈਗੀ ਸਾਡੇ ਸਾਰਿਆਂ ਦੇ ਕੋਲੇ ਮਦਰ ਹੈਗੀ ਹੈ ਸੋ ਇਹ ਘਟਨਾ ਬਰਾੜ ਸਾਹਿਬ 5 ਨਵੰਬਰ ਵਾਲੇ ਦਿਨ ਵਾਪਰੀ ਹੈ ਹੁਣ ਇਹਦੇ ਫਾਦਰ ਨੇ ਮੀਡੀਆ ਸਾਹਮਣੇ ਗੱਲਬਾਤ ਦੱਸੀ ਹੈ ਇਸ ਬੱਚੇ ਦਾ ਨਾਮ ਹੋਜ਼ ਜ਼ੇਮੋਰਾ ਦੱਸਿਆ ਜਾ ਰਿਹਾ ਹੈ ਇਹਨੇ ਆਪਣੀ ਜੀਵਨ ਲੀਲਾ 5 ਨਵੰਬਰ ਵਾਲੇ ਦਿਨ ਖਤਮ ਕੀਤੀ ਹੈ ਇਹ ਬੱਚਾ ਬਰਾਟ ਸਾਬ ਕੁਝ ਕੁ ਮਹੀਨੇ ਪਹਿਲਾਂ ਹੀ ਸੈਂਟਾ ਕਲਾਰਾ ਹਾਈ ਸਕੂਲ ਕੈਲੀਫੋਰਨੀਆ ਦੇ ਵਿੱਚ ਪੜਨ ਲੱਗਿਆ ਸੀ ਤਿੰਨ ਕੁ ਮਹੀਨੇ ਹੋਏ ਸੀ ਇਹਨੂੰ ਉਸ ਸਕੂਲ ਦੇ ਵਿੱਚ ਜਾਂਦੇ ਆ ਤੇ ਇਸ ਬੱਚੇ ਨੇ ਆਪਣੀ ਜ਼ਿੰਦਗੀ ਬਹੁਤ ਟ੍ਰੈਜਿਕ ਤਰੀਕੇ ਦੇ ਨਾਲ ਖਤਮ ਕੀਤੀ ਹੈ ਕਿਉਂਕਿ ਕੰਟੀਨਿਊਸਲੀ ਮਰਸੀਲੈਸ ਬੁੱਲਿੰਗ ਦਾ ਇਹ ਸ਼ਿਕਾਰ ਹੋ ਰਿਹਾ ਸੀ ਆਪਣੇ ਕਲਾਸਮੇਟਸ ਦੇ ਹੱਥੋਂ ਇਹ ਵੀ ਪਤਾ ਲੱਗਿਆ ਕਿ ਇਸ ਬੱਚੇ ਦੇ ਉੱਤੇ ਇਹਦੇ ਜਿਹੜੇ ਸਾਥੀ ਸੀ ਸਹਿਪਾਠੀ ਉਹ ਲਗਾਤਾਰ ਸਪਿਟਿੰਗ ਕਰਦੇ ਸੀ ਉਥੁੱਕਦੇ ਸੀਗੇ ਇਨੂੰ ਇਹਦੇ ਲੱਕ ਦੇ ਵਿੱਚੋਂ ਕੁੱਟਮਾਰੀ ਵੀ ਕਰਦੇ ਸੀਗੇ ਈਵਨ ਲੱਕ ਦੇ ਵਿੱਚ ਹੈਲਮਟ ਨਾਲ ਵੀ ਹਿੱਟ ਕੀਤਾ ਜਾਂਦਾ ਸੀਗਾ ਬੜੀ ਦੁੱਖ ਦੀ ਗੱਲ ਇਹ ਵੀ ਹੈ ਕਿ ਇਹ ਸਾਰੀ ਗੱਲ ਬੱਚੇ ਦੇ ਫਾਦਰ ਨੂੰ ਬੱਚੇ ਦੀ ਡੈਥ ਤੋਂ ਬਾਅਦ ਪਤਾ ਲੱਗੀ ਹੈ ਇਹ ਬੱਚਾ ਵੈਸੇ ਦੱਸਿਆ ਜਾ ਰਿਹਾ ਕਿ ਟੈਲੈਂਟਡ ਸੀਗਾ ਇਹ ਬੱਚਾ ਜੂਨੀਅਰ ਯੂਨੀਵਰਸਿਟੀ ਫੁੱਟਬਾਲ ਵੀ ਖੇਡਦਾ ਸੀ ਸੰਤਾ ਕਲਾਰਾ ਸਕੂਲ ਦੇ ਲਈ ਐਸ ਫਰੈਸ਼ਮੈਨ ਇਸ ਬੱਚੇ ਦੇ ਨਾਲ ਜੋ ਕੁਝ ਵਾਪਰਿਆ ਬਹੁਤ ਹੀ ਮੰਦ ਭਾਗ ਆ ਵਾਪਰਿਆ ਇਸ ਬੱਚੇ ਨੂੰ ਐਟ ਰਿਸਕ ਯੂਥ ਸੈਂਚਰੀ ਹੋਮਲੈਸ ਦੇ ਵਿੱਚ ਰੱਖਿਆ ਗਿਆ ਸੀਗਾ ਇਸ ਬੱਚੇ ਨੂੰ ਬਰਤਸਪ ਛੱਤ ਦੇ ਨਾਲ ਨਾਲ 멘ਟਲ ਸਪੋਰਟ ਵੀ ਦਿੱਤੀ ਜਾ ਰਹੀ ਸੀ ਕਿਉਂਕਿ ਇਸ ਬੱਚੇ ਦਾ ਸਿੰਗਲ ਪੇਰੈਂਟ ਸੀਗਾ ਜਿਹੜਾ ਇਹਦਾ ਫਾਦਰ ਸੀਗਾ ਉਹਨੇ ਵੀ ਦੱਸਿਆ ਮੀਡੀਆ ਦੇ ਸਾਹਮਣੇ ਆ ਕੇ ਕਿ ਪਹਿਲਾਂ ਉਹਨਾਂ ਦੇ ਕੋਲੇ ਘਰ ਸੀਗਾ ਜਦੋਂ ਇਹਦੀ ਮਦਰ ਦੀ ਡੈਥ ਹੋ ਗਈ ਹਾਲਾਤ ਕੁਝ ਐਸੇ ਬਣੇ ਕਿ ਉਹਨਾਂ ਨੂੰ ਆਪਣਾ ਅਪਾਰਟਮੈਂਟ ਛੱਡਣਾ ਪਿਆ ਤੇ ਉਸ ਤੋਂ ਬਾਅਦ ਬੱਚੇ ਨੂੰ ਇੱਥੇ ਛੱਡ ਦਿੱਤਾ ਹੋਮਲੈਸ ਸ਼ੈਲਟਰ ਦੇ ਵਿੱਚ ਉਹ ਕਹਿੰਦਾ ਕਿ ਮੈਂ ਲਗਾਤਾਰ ਆਪਣਾ ਛੋਟੇ-ਮੋਟੇ ਕਰਦਾ ਇੰਤਜ਼ਾਮ ਕਰ ਰਿਹਾ ਸੀ ਤਾਂ ਕਿ ਜੜੀਆਂ ਅਗਲੀਆਂ ਛੋਟੀਆਂ ਆਉਣਗੀਆਂ ਅਸੀਂ ਇਕੱਠੇ ਆਪਣੇ ਘਰ ਦੇ ਵਿੱਚ ਬਤਾਈਏ ਹੁਣ ਕਹਿੰਦਾ ਮੈਂ ਆਲਮੋਸਟ ਹਰ ਰੋਜ਼ ਵਾਂਗੂ ਇਸ ਬੱਚੇ ਦੇ ਨਾਲ ਟੱਚ ਦੇ ਵਿੱਚ ਸੀਗਾ ਉਹਨੂੰ ਜਿੱਥੇ ਇਹ ਫੁੱਟਬਾਲ ਖੇਡਦਾ ਸੀਗਾ ਉੱਥੋਂ ਇਹਦੇ ਸ਼ੈਲਟਰ ਤੱਕ ਮੈਂ ਖੁਦ ਛੱਡ ਕੇ ਜਾਂਦਾ ਸੀਗਾ ਉਹ ਕਹਿੰਦਾ ਕਿ ਬੱਚਾ ਮੇਰੇ ਨਾਲ ਕਨੈਕਟ ਹੋ ਰਿਹਾ ਸੀ ਸਾਡਾ ਪ੍ਰੇਮ ਪਿਆਰ ਵਧ ਰਿਹਾ ਸੀਗਾ ਪਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਬੱਚੇ ਦੀ ਮਦਦ ਤੋਂ ਬਾਅਦ ਇਹ ਬੱਚਾ ਵੀ ਮੈਨੂੰ ਛੱਡ ਕੇ ਚਲਾ ਜਾਊਗਾ ਤੇ ਉਹਦੇ ਪਿੱਛੇ ਕਾਰਨ ਵੀ ਇੱਕ ਐਸਾ ਹੋਊਗਾ ਸੋ ਬਹੁਤ ਬ੍ਰਾਦਰ ਸਾਹਿਬ ਇਹ ਹਰਟ ਰੈਂਚਿੰਗ ਸਟੋਰੀ ਹੈ ਇਸ ਤਰੀਕੇ ਨਾਲ ਕਿਸੇ ਦੀ ਵੀ ਜਿਹੜੀ ਜੀਵਨ ਲੀਲਾ ਕਿਸੇ ਦੀ ਵੀ ਜ਼ਿੰਦਗੀ ਉਹਦਾ ਐਂਡ ਨਹੀਂ ਹੋਣਾ ਚਾਹੀਦਾ ਦੇਖੋ ਜੀ ਕਈ ਲੋਕਾਂ ਕੋਲੇ ਰੱਬ ਨੇ ਬਹੁਤ ਪੈਸਾ ਦਿੱਤਾ ਹੁੰਦਾ ਪਰ ਉਹ ਪੈਸੇ ਦੀ ਅਹਿਮੀਤ ਨਹੀਂ ਸਮਝ ਪਾਉਂਦੇ ਪਰ ਕਿਤੇ ਨਾ ਕਿਤੇ ਇਹ ਖਬਰਾਂ ਦੇਖ ਕੇ ਆਉਦੇ ਮਨ ਦੇ ਵਿੱਚ ਆਉਂਦਾ ਵੀ ਪੈਸੇ ਦੀ ਕਿੰਨੀ ਅਹਿਮੀਤ ਆ ਜੇਕਰ ਪੈਸਾ ਤੁਹਾਡੇ ਕੋਲੇ ਹੈਗਾ ਤੁਸੀਂ ਫੈਮਿਲੀ ਦੇ ਨਾਲ ਰਹਿ ਸਕਦੇ ਹੋ ਤੁਸੀਂ ਕਿਸੇ ਦੀ ਗੱਲ ਨਹੀਂ ਸੁਣ ਸਕਦੇ ਤੇ ਜੇਕਰ ਪੈਸਾ ਨਹੀਂ ਹੈਗਾ ਘਰ ਨਹੀਂ ਹੈਗਾ ਤਾਂ ਤੁਸੀਂ ਕਿਵੇਂ ਰੁਲਦੇ ਫਿਰ ਸਕਦੇ ਆ ਤੁਹਾਡੇ ਬੱਚੇ ਵੀ ਕਿਵੇਂ ਫਿਰ ਸਕਦੇ ਆ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਭਾਈ ਤੁਸੀਂ ਆਪਦਾ ਕੰਮ ਧੰਦਾ ਜਾਂ ਪੈਸੇ ਦੀ ਅਹਿਮੀਅਤ ਸਮਝੋ ਤੇ ਇਹ ਚੀਜ਼ਾਂ ਕੰਘਾਂ ਕੋਲੇ ਜਦੋਂ ਨਹੀਂ ਹੁੰਦੀਆਂ ਜਾਂ ਕਿੰਨਾਂ ਕੋਲ ਨਹੀਂ ਦੇਖਦੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਪੈਸਾ ਕੀ ਚੀਜ਼ ਹੈ ਬਿਲਕੁਲ ਬਰਦਰ ਸਬ ਇਹ ਸਾਰੀ ਕਹਾਣੀ ਦੇ ਪਿੱਛੇ ਇੱਕ ਪੈਸਾ ਹੈਗਾ ਜਿਹਦਾ ਇੱਕ ਹਿਡਨ ਰੋਲ ਰਿਹਾ ਹੈ ਜੇ ਉਸ ਬੱਚੇ ਦੇ ਕੋਲੇ ਛੱਤ ਹੁੰਦੀ ਅ ਸ਼ਾਇਦ ਇਦਾਂ ਦਾ ਸਟੈਪ ਨਾ ਲੈਂਦਾ ਕਿਉਂਕਿ ਜਿਹੜੇ ਬੁਲੀ ਕਰਨ ਵਾਲੇ ਆ ਉਹ ਤੁਹਾਨੂੰ ਕਰਕੇ ਭੇਜ ਦਿੰਦੇ ਹੋਣ ਆ ਚਾਰ ਮੰਦੇ ਸ਼ਬਦ ਬੋਲ ਕੇ ਭੇਜ ਦਿੰਦੇ ਹੋਣ ਪਰ ਬੱਚਾ ਕੰਟੀਨਿਊਸਲੀ ਉਹ ਚੀਜ਼ ਸੋਚਦਾ ਰਹਿੰਦਾ ਹੋਣਾ ਪੈਸੇ ਦੇ ਬਾਰੇ ਕਿ ਜੇ ਸਾਡੇ ਕੋਲ ਪੈਸੇ ਹੁੰਦੇ ਸਾਡੇ ਸਿਰ ਤੇ ਵੀ ਛੱਤ ਹੋਣੀ ਸੀਗੀ ਜਾਂ ਹੋਰ ਬਥੇਰਾ ਕੁਝ ਸੋਚਦਾ ਰਹਿੰਦਾ ਹੋਣਾ ਪਰ ਇੱਥੇ ਬੜ ਸੇ ਬ ਇੱਕ ਵੱਡੀ ਚੀਜ਼ ਇਹ ਹੈ ਸਕੂਲਾਂ ਦੇ ਵਿੱਚ ਇਹ ਕਲਚਰ ਲਗਾਤਾਰ ਕੰਟੀਨਿਊਡ ਇਹੋ ਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਕਿਸੇ ਦੀ ਅੱਖ ਨਹੀਂ ਖੁੱਲ ਰਹੀ ਕੋਈ ਐਸੀ ਫੈਸਲੇ ਨਹੀਂ ਲਏ ਜਾ ਰਹੇ ਕਿ ਜਿਹਦੇ ਨਾਲ ਇਹ ਸਾਰਾ ਕੁਝ ਮੋਨੀਟਰ ਕੀਤਾ ਜਾ ਸਕੇ ਸਪੈਸ਼ਲ ਇੱਕ ਸੈੱਲ ਬਣਨੇ ਚਾਹੀਦੇ ਆ ਤਾਂ ਕਿ ਕਿਸੇ ਦੀ ਲਾਈਫ ਖਤਰੇ ਦੇ ਵਿੱਚ ਨਾ ਪਵੇ ਬੱਚਿਆਂ ਦੇ ਵਿੱਚ ਵੀ ਅਵੇਅਰਨੈਸ ਹੋਣੀ ਚਾਹੀਦੀ ਹੈ ਜਦੋਂ ਕਿਸੇ ਬੱਚੇ ਨਾਲ ਐਸਾ ਕੁਝ ਵਾਪਰਦਾ ਉਹਨੂੰ ਚਾਹੀਦਾ ਕਿ ਤੁਰੰਤ ਐਡਮਿਨਿਸਟ੍ਰੇਸ਼ਨ ਨੂੰ ਰਿਪੋਰਟ ਕਰੇ ਜਿਹੜੇ ਬੰਦੇ ਇਹਦੇ ਵਿੱਚ ਗੁਨਾਹਗਰ ਹੁੰਦੇ ਨੇ ਜਿਹੜੇ ਬੱਚੇ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਵੈਸੇ ਤਾਂ ਸਕੂਲ ਨੇ ਵੀ ਕਹਿ ਦਿੱਤਾ ਹੈ ਸਕੂਲ ਦੇ ਸੁਪਰਡੈਂਟ ਗੈਰੀ ਵੈਡਲ ਨੇ ਕਹਿ ਦਿੱਤਾ ਕਿ ਅਸੀਂ ਆਲਰੇਡੀ ਇਨੀਸ਼ੀਅਲ ਐਕਸ਼ਨ ਇਨੀਸ਼ੀਏਟ ਕਰ ਚੁੱਕੇ ਹਾਂ ਪਰ ਇਸ ਦੇ ਬਾਵਜੂਦ ਬਰਾੜ ਸਾਹਿਬ ਹੁਣ ਜੋ ਮਰਜ਼ੀ ਕਰੀ ਜਾਣ ਇੱਕ ਬੱਚੇ ਦੀ ਜਿਹਦੀ ਜਾਨ ਚਲੀ ਗਈ ਆ ਉਹ ਬੱਚਾ ਵਾਪਸ ਨਹੀਂ ਵਰਤ ਸਕਦਾ ਸੋ ਇਹਦੇ ਲਈ ਬਹੁਤ ਸਖਤ ਪਾਲਿਸੀ ਬਣਾਉਣ ਦੀ ਜ਼ਰੂਰਤ ਆ ਇਹ ਇੱਕ ਸਕੂਲ ਦਾ ਕਿੱਸਾ ਨਹੀਂ ਹੈਗਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਸ ਕਿਸਮ ਦੀ ਬੁਲੀ ਹੁੰਦੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਹੁੰਦੀ ਹੈ ਜਿਹਦੇ ਉੱਤੇ ਬੱਚੇ ਦਾ ਬੰਦੇ ਦਾ ਆਪਣਾ ਕੰਟਰੋਲ ਵੀ ਨਹੀਂ ਹੁੰਦਾ ਬਿਲਕੁਲ ਜੀ ਸੋ ਅੱਗੇ ਭਾਈ ਇਹ ਵੀ ਆ ਵੀ ਹੁਣ ਜਵਾਕ ਤੇ ਪਤਾ ਨਹੀਂ ਕਿੰਨਾ ਕੁ ਸਹਨ ਕਰਨਾ ਪਿਆ ਹੁਣ ਤੇ ਜਵਾਗਤਾ ਜਵਾਗ ਸੀ ਪਰ ਇਹਦੇ ਨਾਲ ਜਿਹੜੇ ਰਹਿੰਦੇ ਸੀ ਕਿ ਫਿਰ ਉਹ ਵੀ ਤਾਂ ਉਸੇ ਥਾਂ ਤੇ ਰਹਿੰਦੇ ਹੋਣੇ ਜਿੱਥੇ ਇਹ ਰਹਿੰਦਾ ਸੀਗਾ ਤੇ ਫਿਰ ਇਹ ਵੀ ਤਾਂ ਉਹਨਾਂ ਨੂੰ ਕਹਿ ਹੀ ਸਕਦਾ ਸੀਗਾ ਫਿਰ ਗੱਲ ਤਾਂ ਉੱਥੇ ਵੀ ਆ ਜਾਂਦੀ ਹੈ ਫਿਰ ਇਹਨੂੰ ਕਿਉਂ ਟਾਰਗੇਟ ਕੀਤਾ ਨਹੀਂ ਬ੍ਰਾਡਰ ਸਾਹਿਬ ਇਹ ਜਿਹੜੇ ਸੀ ਇਹ ਸੰਟਾ ਕਲਾਰਾ ਹਾਈ ਸਕੂਲ ਦੇ ਸਟੂਡੈਂਟਸ ਸੀਗੇ ਇਹ ਬੱਚਾ ਸ਼ੈਲਟਰ ਤੋਂ ਜਾਂਦਾ ਸੀ ਬਾਕੀ ਆਪੋ ਆਪਣੇ ਘਰਾਂ ਤੋਂ ਆਉਂਦੇ ਸੀ ਉਥੇ ਸੋ ਇਹਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਸੀਗਾ ਮੇਬੀ ਉੱਥੇ ਹੋਰ ਵੀ ਹੋਣ ਪੜਨ ਵਾਲੇ ਪਰ ਇੱਕ ਬੱਚੇ ਨੂੰ ਕਈ ਵਾਰੀ ਹੁੰਦਾ ਨਾ ਕਿ ਕੋਈ ਕਿਸੇ ਬੱਚੇ ਦਾ ਨੇਚਰ ਹੁੰਦਾ ਉਹ ਠੰਡਾ ਹੁੰਦਾ ਸੁਭਾਅ ਦਾ ਅਗੋ ਰੈਟਲੀਏਟ ਨਹੀਂ ਕਰਦਾ ਗੁੱਸਾ ਨਹੀਂ ਦਿਖਾਉਂਦਾ ਮੇਬੀ ਇਹੋ ਜਿਹਾ ਕੁਝ ਹੋਇਆ ਹੋਊਗਾ ਜੋ ਵੀ ਹੋਇਆ ਮੰਦਪਾਗਾ ਹੋਇਆ ਇਹਦੇ ਤੇ ਕੰਟਰੋਲ ਇਹਦੇ ਤੇ ਲਗਾਮ ਲੱਗਣੀ ਬਹੁਤ ਜ਼ਰੂਰੀ ਹੈ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਐਸੀਆਂ ਚੀਜ਼ਾਂ ਦੇ ਲਈ ਬੱਚਿਆਂ ਨੂੰ ਬੁਲੀ ਕੀਤਾ ਜਾਂਦਾ ਜਿਹਦੇ ਤੋਂ ਉਹਦਾ ਆਪਣਾ ਕੰਟਰੋਲ ਨਹੀਂ ਕਿਸੇ ਨੂੰ ਕਿਸੇ ਦੇ ਮਾਂ ਪਿਓ ਦੇ ਕਰਕੇ ਕਿਸੇ ਨੂੰ ਕਿਸੇ ਦੇ ਬੈਕਗ੍ਰਾਉਂਡ ਦੇ ਕਰਕੇ ਇਥੋਂ ਤੱਕ ਕਿ ਬਰਾੜ ਸਾਹਿਬ ਬੱਚਿਆਂ ਦੀਆਂ ਸ਼ਕਲਾਂ ਸੂਰਤਾਂ ਕਰਕੇ ਭੜੇ-ਭੜੇ ਨਾਮ ਰੱਖ ਦਿੱਤੇ ਜਾਂਦੇ ਆ ਸ਼ਕਲਾਂ ਸੂਰਤਾਂ ਦੇ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਬੁਲੀ ਕੀਤਾ ਜਾਂਦਾ ਇੱਕ ਬੱਚੇ ਦੇ ਮਾਈਂਡ ਵਿੱਚ ਇੱਕ ਕੰਪਲੈਕਸ ਬਿਠਾ ਦਿੱਤਾ ਜਾਂਦਾ ਕਿ ਐਸ ਚੀਜ਼ ਤੋਂ ਤੂੰ ਪੂਰਾ ਨਹੀਂ ਹੈਗਾ ਕਿਉਂਕਿ ਵੈਸੇ ਤਾਂ ਆਪਾਂ ਨੂੰ ਪਤਾ ਵੱਡੇ ਮੈਚੂਰ ਬੰਦੇ ਨੂੰ ਪਤਾ ਹੈ ਕਿ ਹਰ ਇੱਕ ਬੰਦੇ ਦੇ ਵਿੱਚ ਆਪਣੀਆਂ ਖੂਬੀਆਂ ਆਪਣੀਆਂ ਕੋਈ ਕਮੀਆਂ ਹਨ ਪਰ ਬੱਚੇ ਉਹ ਕਮੀਆਂ ਨੂੰ ਹਾਈਲਾਈਟ ਕਰਦੇ ਆ ਕੋਈ ਸਿਆਣੇ ਬੱਚੇ ਵੀ ਹੁੰਦੇ ਆ ਪਰ ਇਹਦੇ ਬਾਰੇ ਇੱਕ ਚੰਗਾ ਡਿਸੀਜਨ ਲੈਣਾ ਬੰਦ ਹੈ ਸਕੂਲ ਪ੍ਰਸ਼ਾਸਨਾਂ ਦੇ ਵੱਲੋਂ ਇੱਕ ਥਾਂ ਤੇ ਨਹੀਂ ਬਲਕਿ ਹਰ ਇੱਕ ਸਕੂਲ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਕਿ ਜਦੋਂ ਬੱਚਾ ਇਦਾਂ ਦੇ ਕਿਸੇ ਫੀਅਰ ਕੰਪਲੈਕਸ ਦੇ ਵਿੱਚ ਜਾਂਦਾ ਉਹਦੀ ਕਾਉਂਸਲਿੰਗ ਕੀਤੀ ਜਾਵੇ ਉਹਨੂੰ ਸਮਝਾਇਆ ਜਾਵੇ ਕਿ ਭਾਈ ਹਰ ਇੱਕ ਜੀ ਹੈ ਜਿਹੜਾ ਇਸ ਦੁਨੀਆ ਤੇ ਆਇਆ ਉਹ ਵੱਖਰਾ ਹੈ ਤੇ ਤੁਹਾਡੇ ਵਿੱਚ ਜੇ ਕੋਈ ਕਮੀਆਂ ਤੁਹਾਡੇ ਵਿੱਚ ਹੁਨਰ ਵੀ ਹੈ ਤੇ ਬੱਚਿਆਂ ਦੇ ਵਿੱਚੋਂ ਇਹ ਡਰ ਕੱਢਣੇ ਚਾਹੀਦੇ